ਅੱਜ ਦੇ ਦਿਨ ਤੇ ਸੰਘਰਸ਼ ਦੀ ਤਿੱਖੀ ਰੂਪ ਰੇਖਾ ਲਈ ਕੰਦੀ ਜੋ ਜਥੇਬੰਦੀਆਂ ਨੇ ਅਲੀਕੀ ਹੈ ਕਿਉਂਕਿ ਚਾਹੀਦਾ ਹੈ ਕਿ ਜਦੋਂ ਨੌਜਵਾਨ ਸ਼ਹੀਦ ਹੋ ਜਾਣ ਆਪਾਂ ਚੁੱਪ ਕਰਕੇ ਨਹੀਂ ਬਹਿ ਸਕਦੇ ਉਹ ਆਗੂਆਂ ਤੇ ਅਗਵਾਈ ਕਰਨ ਵਾਲੇ ਆਗੂਆਂ ਦੇ ਮੋਢਿਆਂ ਤੇ ਭਾਰ ਹੋਰ ਵੱਧ ਜਾਂਦਾ ਗਾ ਚਾਹੇ ਸਿੱਖ ਬਹੁਤ ਘੱਟ ਗਿਣਤੀ ਹੈ ਸਿੱਖ ਛੋਟੀ ਕੌਮ ਹੈ ਨਵੀਂ ਕੌਮ ਹੈ ਪਰ ਉਹਦਾ ਸੰਘਰਸ਼ ਦਾ ਸੰਕਲਪ ਇੰਨਾ ਤਕੜਾ ਅਤਿਆਚਾਰ ਦੇ ਖਿਲਾਫ਼ ਲੜਾਈ ਇੰਨੀ ਤਕੜੀ ਹੈ ਉਹਨਾਂ ਦਾ ਸੰਘਰਸ਼ ਇੰਨਾ ਸਟਰੋਂਗ ਹੈ ਕਿ ਜੋ 55 ਇੰਚ ਦੀ ਸਾਤੀ ਵਾਲਾ ਪ੍ਰਧਾਨ ਮੰਤਰੀ ਕਹਿੰਦਾ ਸੀ ਤਾਕਤਵਰ ਹਿੰਦੂਵਰ ਸਰਕਾਰ ਦਿਖਾਉਂਦੀ ਸੀ ਉਹਨੂੰ ਨੀਵੀਂ ਪੈ ਗਈ ਜਦੋਂ ਆਸਟ੍ਰੇਲੀਆ ਨੇ ਕਹਿਤਾ ਕਿ ਮੰਦਰ ਤੇ ਖਾਲਿਸਤਾਨ ਦੇ ਨਾਰੇ ਇਹ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਲਿਖੇ ਆਪਾਂ ਹੋਕਾ ਬਹੁਤ ਦਿੰਦੇ ਹਾਂ ਹਰ ਇੱਕ ਬੁਲਾਰਾ ਹੋਕਾ ਦਿੰਦਾ ਜਿਹੜੇ ਬੁਲਾਰੇ ਦੀ ਮਰਜ਼ੀ ਗੱਲ ਕਰ ਲਓ ਉਹ ਕੇਰਾਂ ਇਹ ਹੋਕਾ ਦਿੰਦਾ ਇਕੱਠੇ ਹੋ ਜਾਓ ਪਰ ਬਾਅਦ 'ਚ ਆਪਾਂ ਖਟਿਆ ਛੱਡ ਜਾਂਦੇ ਮੈਂ ਸਮਝਦਾ ਚਾਹੇ ਕਿਸਾਨੀ ਸੰਘਰਸ਼ ਹੈ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਰ ਵਾਲਾ ਮਸਲਾ ਡਿਬਰੂਗੜ੍ਹ ਵਾਲਾ ਜੋ ਹਿੰਦੁਸਤਾਨ ਦਾ ਜਾਂ ਡੈਮੋਕ੍ਰੇਟੋ ਵਾਲਿਆ ਢੰਡੋਰਾ ਪਿੱਟਿਆ ਹੋਇਆ ਸੀ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹਿੰਦੁਸਤਾਨ ਦੇ ਵਿੱਚ ਹੈ ਉਹ ਨੰਗੀ ਕਰਤੀ ਕਿ ਕਿਸ ਤਰ੍ਹਾਂ ਨੌਜਵਾਨਾਂ 'ਤੇ ਤੁਸੀਂ ਇੰਨੇ ਸੇ ਲਾ ਕੇ ਡਿਬਰੂਗੜ੍ਹ ਸਿੱਟਦੇ ਹੋ ਜਿਨ੍ਹਾਂ ਕੋਲੋਂ ਕੋਈ RDX ਨਹੀਂ ਕੋਈ ਅਸਲਾ ਨਹੀਂ ਕੋਈ ਬਰੂਦ ਨਹੀਂ ਕੋਈ ਦੇਸ਼ ਨੂੰ ਤੋੜਨ ਵਾਲੀ ਗਤੀਵਿਧੀ ਨਹੀਂ ਸਿਰਫ ਅੰਮ੍ਰਿਤ ਛਕਾ ਰਹੇ ਹੈ ਮੋਦੀ ਕੀ ਕਰ ਰਿਹਾ ਇਹ ਕਿਸਾਨੀ ਸੰਘਰਸ਼ ਨੂੰ ਇਕੱਲਾ ਪੰਜਾਬ ਦਾ ਜਾਂ ਰਾਜਸਥਾਨ ਹਰਿਆਣਾ ਦੇ ਬਾਰਡਰਾਂ ਤੇ ਕੰਡਿਆਲੀ ਤਾਰ ਹੀ ਨਹੀਂ ਕੰਧਾਂ ਕੱਢ ਕੇ ਕੀ ਮੈਸੇਜ ਦੇ ਰਿਹਾ ਕਿ ਮੈਂ ਵੱਖ ਕਰ ਰਿਹਾ ਪੰਜਾਬ ਨੂੰ ਇਹ ਛੋਟਾ ਜਿਹਾ 13 ਸੀਟਾਂ ਵਾਲਾ ਪੰਜਾਬ ਹੈ ਪਰ ਪੂਰੇ ਦੇਸ਼ ਵਾਸੀਆਂ ਤੁਸੀਂ ਮੇਰੇ ਨਾਲ ਖੜ ਜਾਓ ਪਰ ਮੋਦੀ ਸਾਹਿਬ ਕਿਤੇ ਉਹ ਦਿਨ ਨਾ ਜਾਣ ਦੇਸ਼ ਨੂੰ ਨਾਲ ਖੜਾਉਂਦੇ ਖੜਾਉਂਦੇ ਭਾਰਤ ਵੰਡਿਆ ਜਾਵੇ ਇਹਦੇ ਟੋਟੇ ਹੋ ਜਾਣ ਇਹ ਲੜਾਈ ਕਿਸਾਨਾਂ ਦੀ ਹੈ ਹਰ ਇੱਕ ਜਥੇਬੰਦੀ ਕਹਿ ਰਹੀ ਹੈ ਕਿ ਜੀ ਲੜਾਈ ਤਾਂ ਕਿਸਾਨਾਂ ਦੀ ਹੈ ਮੰਗਾਂ ਤਾਂ ਸਹੀ ਨੇ ਪਰ ਸਾਡੇ ਮਤਭੇਦ ਹੈ ਫਿਰ ਮਤਭੇਦ ਕਾਹਦੇ ਹੋ ਗਏ ਜੀ ਇੱਕ ਤਾਂ ਇਹ ਹੁੰਦਾ ਜੀ ਮੈਂ ਤਾਂ MLA ਬਣਨਾ ਚੋਣ ਲੜਨੀ ਹੈ ਮੈਨੂੰ ਟਿਕਟ ਨਹੀਂ ਮਿਲਣੀ ਉੱਥੋਂ ਜਿਹੜੇ ਉਹ ਬੈਠੇ ਉਹਨਾਂ ਨੂੰ ਟਿਕਟ ਮਿਲ ਜੂ ਸਾਡਿਆਂ ਨੂੰ ਨਹੀਂ ਮਿਲਣੀ ਜਦੋਂ ਕੋਈ ਟਿਕਟਾਂ ਦਾ ਰੌਲਾ ਹੀ ਨਹੀਂ ਮੈਂ ਤਾਂ ਕਹਿਣਾ ਰੌਲਾ ਹੀ ਨਹੀਂ ਜਦੋਂ ਚੋਣ ਹੀ ਲੜਨੀਆਂ ਮੰਗਾਂ ਇੱਕ ਹੈ ਫਿਰ ਇਕੱਠੇ ਕਿਉਂ ਨਹੀਂ ਪ੍ਰੈਸ਼ਰ ਬਣਾਉਂਦੇ ਇਹ ਕਿਉਂ ਸੁਨੇਹੇ ਦੇਈ ਜਾਂਦੇ ਹੋ ਵੀ ਆਹ ਸਾਡਾ ਪ੍ਰੋਗਰਾਮ ਨਹੀਂ ਆਹ ਸਾਡਾ ਪ੍ਰੋਗਰਾਮ ਨਹੀਂ ਪਿੰਡ ਬੱਲੋ ਦੇ ਵਿੱਚ ਆ ਜਿੱਥੇ ਕਿ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਤੇ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਐਲਾਨ ਕੀਤਾ ਵਾ ਕਿ 6 ਤਰੀਕ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਤੋਂ ਜਿਹੜੇ ਲੋਕ ਟਰੈਕਟਰ ਟਰਾਲੀਆਂ ਨਹੀਂ ਆ ਸਕਦੇ ਉਹ ਬੱਸਾਂ ਰਾਹੀਂ ਕਾਰਾਂ ਰਾਹੀਂ ਉੱਥੇ ਪਹੁੰਚਣ ਅਤੇ ਦੂਜਾ 10 ਤਰੀਕ ਨੂੰ ਕਿਹਾ ਗਿਆ ਕਿ 10 ਤਰੀਕ ਨੂੰ ਰੇਲਾਂ ਰੋਕਾਂਗੇ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਕਿ ਇਹ ਇਕੱਲਾ ਪੰਜਾਬ ਦਾ ਅੰਦੋਲਨ ਨਹੀਂ ਗਾ ਸਰਵਣ ਸਿੰਘ ਵਧੇਰ ਕਹਿੰਦੇ ਪੂਰੇ ਭਾਰਤ ਵਰਸ਼ ਦਾ ਅੰਦੋਲਨ ਆ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੀਆਂ ਜਿੱਥੇ ਵੱਖ ਵੱਖ ਸ਼ਖਸੀਅਤਾਂ ਇੱਥੇ ਪਹੁੰਚੀਆਂ ਵਾ ਉੱਥੇ ਸਾਡੇ ਨਾਲ SGPC ਮੈਂਬਰ ਗੁਰਪ੍ਰੀਤ ਸਿੰਘ ਝੱਬਰ ਆ ਪਹਿਲਾਂ ਗੁਰਫਤਿਹ ਸਾਂਝ ਕਰਦੇ ਝੱਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੱਬਰ ਸਾਹਿਬ ਕਿਵੇਂ ਵੇਖਦੇ ਹੋ ਕਈ ਦਿਨਾਂ ਤੋਂ ਬਾਅਦ ਦੇ ਵਿੱਚ ਸ਼ੁਭਕਰਨ ਦੀ ਲਾਸ਼ ਮਿਲਦੀ ਆ ਫਿਰ ਸੰਸਕਾਰ ਹੁੰਦਾ ਵਾ ਅੱਜ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ ਸਮਾਗਮ ਸੀ ਜਿਹੜੇ ਉਹ ਤੋਂ ਬਾਅਦ 'ਚ ਇੱਕ ਵੱਡੇ ਐਲਾਨਾਂ ਨੂੰ ਦਿੱਲੀ ਵਾਲੇ ਪਾਸੇ ਕਹਿੰਦੇ ਕੂਚ ਕਰਨਾ ਵਾ ਪਰ ਅਸੀਂ ਇੱਥੇ ਹੀ ਰਵਾਂਗੇ ਦੂਜੇ ਪਾਸੇ ਉਹ ਕਹਿੰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਵਾ ਉਹ ਦਿੱਲੀ ਪਹੁੰਚੋ ਮੈਂ ਸਮਝਦਾ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੌਜਵਾਨ ਨੂੰ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ ਤਖਤ ਸ੍ਰੀ ਦਮਦਮਾ ਸਾਹਿਬ ਦੀ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ ਸਾਡੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜੋ ਸਾਡਾ ਗੁਰਬਾਣੀ ਬਵਾਣੀਆਂ ਕਹਾਣੀਆਂ ਸਰਵਣ ਕਰਾ ਕੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਕਿਉਂਕਿ ਸ਼ੁਭਕਰਨ ਸਿੰਘ ਨੇ ਕੌਮ ਦੇ ਉਸ ਅਣਖ ਦੇ ਬੂਟੇ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਯੋਗਦਾਨ ਪਾਇਆ ਜਿਸ ਅਣਖ ਦਾ ਬੂਟਾ ਮੁਗਲ ਨਾਲ ਵੀ ਲੜਿਆ ਅੰਗਰੇਜ਼ ਨਾਲ ਵੀ ਲੜਿਆ ਅਤੇ ਅੱਜ ਦਿੱਲੀ ਨਾਲ ਲੜ ਰਿਹਾ ਹੈਗਾ ਸੋ ਉਹ ਜਜ਼ਬੇ ਤਹਿਤ ਹੀ ਅੱਜ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ ਜੋ ਦੂਸਰੀ ਗੱਲ ਸੰਘਰਸ਼ ਦੀ ਹੈ ਮੈਂ ਸਮਝਦਾ ਹੱਕ ਬਣਦਾ ਸੀ ਅੱਜ ਦੇ ਦਿਨ 'ਤੇ ਸੰਘਰਸ਼ ਦੀ ਤਿੱਖੀ ਰੂਪ ਰੇਖਾ ਲੀਕਣ ਦੀ ਜੋ ਜਥੇਬੰਦੀਆਂ ਨੇ ਅਲੀਕੀ ਹੈ ਕਿਉਂਕਿ ਚਾਹੀਦਾ ਕਿ ਜਦੋਂ ਨੌਜਵਾਨ ਸ਼ਹੀਦ ਹੋ ਜਾਣ ਆਪਾਂ ਚੁੱਪ ਕਰਕੇ ਨਹੀਂ ਬਹਿ ਸਕਦੇ ਉਹ ਆਗੂਆਂ 'ਤੇ ਅਗਵਾਈ ਕਰਨ ਵਾਲੇ ਆਗੂਆਂ ਦੇ ਮੋਢਿਆਂ 'ਤੇ ਭਾਰ ਹੋਰ ਵੱਧ ਜਾਂਦਾ ਗਾ ਸੋ ਮੈਂ ਅਪੀਲ ਕਰਦਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਠੀਕ ਹੈ ਜੋ ਪ੍ਰੋਗਰਾਮ ਦਿੱਤੇ ਆ ਬਹੁਤ ਵਧੀਆ ਹਰ ਇੱਕ ਕਿਸਾਨ ਮਜ਼ਦੂਰ ਜਥੇਬੰਦੀ ਨੂੰ ਇਸ 'ਤੇ ਵੱਡਾ ਯੋਗਦਾਨ ਪਾਉਣਾ ਚਾਹੀਦਾ ਪਰ ਨਾਲ ਅਪੀਲ ਕਰਦਾ ਕਿ ਮੈਂ ਵੇਖ ਰਿਹਾ ਖੁਆਰ ਹੋਏ ਸਾਂ ਮਿਲੇਂਗੇ ਆਪਾਂ ਗੱਲਾਂ ਕਰਦੇ ਹਾਂ ਖੁਆਰ ਹੋ ਵੀ ਰਹੇ ਹਾਂ
ਚਾਹੇ ਠੀਕ ਹੈ ਗੁਰੂ ਸਾਹਿਬ ਦਾ ਸਿਧਾਂਤ ਆ, ਅਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਹਾਂ, ਹਮੇਸ਼ਾ ਪੂਰੀ ਦੁਨੀਆਂ ਦੇ ਵਿੱਚ ਚੜ੍ਹਦੀ ਕਲਾ 'ਚ ਹਾਂ। ਅੱਜ ਵੀ ਸਾਡੇ ਸਿੱਖ ਮੈਂਬਰ ਪਾਰਲੀਮੈਂਟ MP ਨੇ, ਇੰਗਲੈਂਡ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਵੀ ਇਹ ਸ਼ਹੀਦ ਦੀ ਆਵਾਜ਼ ਉਠਾਈ ਹੈ ਅਤੇ ਕਿਸਾਨਾਂ ਦੀ ਆਵਾਜ਼ ਉਠਾਈ ਹੈ। ਅਤੇ ਹੋਰ ਵੀ ਚਾਹੇ ਅਮੈਰੀਕਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕੈਨੇਡਾ ਹੋਵੇ, ਹਰ ਇੱਕ ਦੁਨੀਆਂ ਦੇ ਵਿੱਚ ਜਿੱਥੇ ਗੁਰੂ ਦਾ ਸਿੱਖ ਵੱਸਦਾ, ਉਹ ਜਿੱਥੇ ਕਿਰਤ ਕਰਦਾ, ਉੱਥੇ ਦੁਨੀਆਂ 'ਤੇ ਜਦੋਂ ਅਨਿਆਏ ਦੀ ਗੱਲ ਹੁੰਦਾ ਨਾਲ ਉੱਥੇ ਗੱਲ ਕਰਦਾ। ਖਾਸ ਕਰ ਉਹਦੀ ਪੇਕੇ ਘਰ ਆਪਦੇ ਜੜ ਪੰਜਾਬ ਦੇ ਵਿੱਚ ਅੱਖ ਹੁੰਦੀ ਹੈ ਕਿ ਸਾਡੇ ਲੋਕਾਂ ਨੂੰ ਕੋਈ ਤਕਲੀਫ ਤਾਂ ਨਹੀਂ, ਸਰਕਾਰਾਂ ਇਗਨੋਰ ਤਾਂ ਨਹੀਂ ਕਰ ਰਹੀਆਂ। ਜਦੋਂ ਸਾਨੂੰ ਸਰਕਾਰਾਂ ਇਗਨੋਰ ਕਰ ਰਹੀਆਂ ਨੇ ਤਾਂ ਉਹ ਪੂਰੇ ਦੇਸ਼ ਦੀਆਂ ਪਾਰਲੀਮੈਂਟਾਂ ਮੂਹਰੇ ਵੀ ਪ੍ਰੋਟੈਸਟ ਕਰਦੇ ਆ। ਪਿਛਲੇ ਸਮੇਂ 'ਚ ਮੈਂ ਇੰਗਲੈਂਡ ਦੇ ਵਿੱਚ ਵੀ ਵੇਖ ਕੇ ਆਇਆ, ਆਸਟ੍ਰੇਲੀਆ, ਕੈਨੇਡਾ ਸੁਣ ਕੇ ਆਇਆ ਕਿ ਜਦੋਂ ਸਾਡੇ ਸਿੱਖ ਇੱਥੇ ਵਾਂਗ ਸੰਘਰਸ਼ ਕਰਦੇ ਨੇ ਹੱਥਾਂ 'ਚ ਪਾਣੀ ਦੀਆਂ ਬੋਤਲਾਂ ਦੇ ਝੰਡੇ ਲੈ ਕੇ ਅਤੇ ਮੂਹਰੋਂ ਗੋਲੇ ਆਉਂਦੇ ਆ, ਉੱਥੇ ਗੋਲੇ ਉਹ ਦੇਸ਼ਾਂ ਵੱਲੋਂ ਤਾਂ ਨਹੀਂ ਹੁੰਦੇ, ਪਰ ਇਹ ਦੇਸ਼ ਦੀ ਹਕੂਮਤ ਦੇ ਜੋ ਉੱਥੇ ਰਾਜਦੂਤ ਬੈਠੇ ਹੈ ਜਾਂ ਅਵੈਸੀਆਂ ਨੇ, ਜੋ ਉਹਨਾਂ ਵੱਲ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਉੱਪਰ ਚੜ੍ਹ ਕੇ ਸਾਨੂੰ ਚਿੜਿਆ ਕੇ ਦੇਸ਼ ਦਾ ਝੰਡਾ ਅਸੀਂ ਸਤਿਕਾਰ ਕਰਦੇ ਹਾਂ, ਪਰ ਉਹ ਇਕੱਲਾ ਝੰਡਾ ਦਿਖਾਉਣ ਦੀ ਨੀਅਤ ਨਹੀਂ ਹੁੰਦੀ, ਉਹ ਝੰਡੇ ਦੀ ਆੜ ਦੇ ਵਿੱਚ ਸਾਡੇ 'ਤੇ ਆਂਡੇ ਵਗੈਰਾ ਜਾਂ ਸਾਨੂੰ ਪ੍ਰਕੋਪ ਕੀਤਾ ਜਾਂਦਾ, ਸਾਨੂੰ ਭੜਕਾਇਆ ਜਾਂਦਾ ਤਾਂ ਕਿ ਉਹ ਦੇਸ਼ ਨੂੰ ਦੱਸਣ ਖਾਵਣੀ ਇਹ ਸਿੱਖ ਕੌਮ ਜੋ ਪ੍ਰੋਟੈਸਟ ਕਰ ਰਹੀ ਹੈ ਉਹਨਾਂ ਵੱਲੋਂ ਗਲਤ ਸਟੈਪ ਚੱਕਿਆ ਰਿਹਾ, ਪਰ ਉਹ ਦੇਸ਼ ਦੀਆਂ ਇੰਟੈਲੀਜੈਂਟੀਆਂ ਵੇਖਦੀਆਂ ਨੇ। ਤਾਂ ਤੁਸੀਂ ਵੇਖ ਲਿਆ ਪਿਛਲੇ ਸਮੇਂ ਦੇ ਵਿੱਚ ਚਾਹੇ ਸਾਡੇ ਸਿੱਖ ਨੂੰ ਪਾਕਿਸਤਾਨ ਦੇ ਵਿੱਚ ਇਹ ਦੇਸ਼ ਦੀ ਹਕੂਮਤ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਇੰਗਲੈਂਡ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਆਪਦੀਆਂ ਏਜੰਸੀਆਂ ਰਾਹੀਂ, ਕੈਨੇਡਾ ਦੇ ਵਿੱਚ ਭਾਈ ਨਿੱਜਰ ਹੋਰਿਆਂ ਦੇ ਤੁਸੀਂ ਵੇਖਿਆ, ਭਾਈ ਖੰਡੇ ਹੋਰਿਆਂ ਦੇ ਕੇਸ ਵੇਖੇ ਹੈ। ਚਾਹੇ ਸਿੱਖ ਬਹੁਤ ਘੱਟ ਗਿਣਤੀ ਹੈ, ਸਿੱਖ ਛੋਟੀ ਕੌਮ ਹੈ, ਨਵੀਂ ਕੋਟ ਹੈ ਕੌਮ ਹੈ, ਪਰ ਉਹਦਾ ਸੰਘਰਸ਼ ਦਾ ਸੰਕਲਪ ਇੰਨਾ ਤਕੜਾ, ਅੱਤਿਆਚਾਰ ਦੇ ਖਿਲਾਫ ਲੜਾਈ ਇੰਨੀ ਤਕੜੀ ਹੈ, ਉਹਨਾਂ ਦਾ ਸੰਘਰਸ਼ ਇੰਨਾ ਸਟਰੋਂਗ ਹੈ ਕਿ ਜੋ 55 ਇੰਚ ਦੀ ਸਾਤੀ ਵਾਲਾ ਪ੍ਰਧਾਨ ਮੰਤਰੀ ਕਹਿੰਦਾ ਸੀ, ਤਾਕਤਵਰ ਹਿੰਦੂਵਰ ਸਰਕਾਰ ਦਿਖਾਉਂਦੀ ਸੀ, ਉਹਨੂੰ ਨੀਵੀਂ ਪੈ ਗਈ ਜਦੋਂ ਆਸਟ੍ਰੇਲੀਆ ਨੇ ਕਹਿਤਾ ਕਿ ਮੰਦਰ 'ਤੇ ਖਾਲਿਸਤਾਨ ਦੇ ਨਾਅਰੇ ਇਹ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਲਿਖੇ ਹੈ। ਸਿੱਖਾਂ ਦੇ ਕਾਤਲ ਕੈਨੇਡਾ ਹੋਵੇ, ਚਾਹੇ ਇੰਗਲੈਂਡ ਹੋਵੇ, ਚਾਹੇ ਪਾਕਿਸਤਾਨ ਹੋਵੇ, ਉਹ 'ਚ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਕੀਤੇ ਆ। ਤਾਂ ਪੂਰੀ ਦੁਨੀਆਂ ਦੇ ਵਿੱਚ ਘੱਟ ਗਿਣਤੀ ਪੀਸ ਭਾਈ ਘਨੱਈਏ ਦੀ ਸੋਚ 'ਤੇ ਚੱਲ ਕੇ ਜੋ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨੂੰ ਬਲ ਮਿਲਿਆ ਅਤੇ ਇਹ ਸੰਘਰਸ਼ ਚੱਲਦਾ ਰਹੂ। ਪਰ ਮੈਂ ਬੇਨਤੀ ਕਰਦਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ, ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਕਿ ਇਕੱਠੇ ਹੋ ਜਾਈਏ। ਆਪਾਂ ਹੋਕਾ ਬਹੁਤ ਦਿੰਦੇ ਹਾਂ, ਹਰ ਇੱਕ ਬੁਲਾਰਾ ਹੋਕਾ ਦਿੰਦਾ, ਜਿਹੜੇ ਬੁਲਾਰੇ ਦੀ ਮਰਜ਼ੀ ਗੱਲ ਕਰ ਲਓ ਉਹ ਕੇਰਾਂ ਇਹ ਹੋਕਾ ਦਿੰਦਾ ਇਕੱਠੇ ਹੋ ਜਾਓ, ਪਰ ਬਾਅਦ 'ਚ ਆਪਾਂ ਖਟਿਆਸ ਛੱਡ ਜਾਂਦੇ ਹਾਂ। ਕਿੰਨੀਆਂ ਕੁ ਜਥੇਬੰਦੀਆਂ ਇਕੱਠੀਆਂ ਹੋਈਆਂ? ਅੱਜ 2-3 ਸ਼ਖਸੀਅਤਾਂ ਦੇ ਨਾਮ ਵੀ ਲੈ ਗਏ, ਚਰੋਣੀ ਸਾਹਿਬ ਵੀ ਸਟੇਜ ਦਿੱਤੇ ਆ, ਹੋਰ ਵੀ ਕਈ ਸ਼ਖਸੀਅਤਾਂ ਸਟੇਜ 'ਤੇ ਪਹੁੰਚੀਆਂ, ਪਰ ਕੋਈ ਐਡੇ ਵੱਡੇ ਐਲਾਨ ਨਹੀਂ ਹੋਏ, ਇਕੱਠਿਆਂ ਲੜਨ ਵਾਲੀ ਗੱਲ ਨਹੀਂ ਹੋਈ ਅਜੇ ਤੱਕ। ਇਹ ਲੜਨਾ ਚਾਹੀਦਾ ਸੀ। ਅੱਜ ਜਦੋਂ ਇੱਕ ਨੌਜਵਾਨ ਦੀ ਸ਼ਹਾਦਤ ਹੋ ਗਈ, ਸੈਂਕੜੇ ਨੌਜਵਾਨ ਫੱਟੜ ਪਏ ਹੈ, ਅਤੇ ਹੁਣ ਆਪਾਂ ਕੀ ਵੇਖਦੇ ਹਾਂ? ਹੁਣ ਤਾਂ ਇਕੱਠੇ ਹੋਣ ਦਾ ਮੌਕਾ, ਜਿਵੇਂ ਮਿਸਲਾਂ ਦੀ ਗੱਲ ਹੋਈ ਹੈ ਇੱਥੇ ਕਿ ਉਦੋਂ ਵੀ ਸਿੱਖ ਕੌਮ ਕਿਸ ਤਰ੍ਹਾਂ ਇਕੱਠੀ ਹੁੰਦੀ ਸੀ, ਪਰ ਅੱਜ ਦੇ ਆਗੂਆਂ ਨੂੰ ਪਤਾ ਨਹੀਂ ਅਗਿਆਨ ਦੀ ਘਾਟ ਹੈ ਜਾਂ ਨਿੱਜੀ ਈਗੋ ਅਤੇ ਹਉਮੈ ਇੰਨੀ ਪੈਦਾ ਹੋ ਗਈ ਕਿ ਅਸੀਂ ਇਕੱਠੇ ਨਹੀਂ ਹੋ ਰਹੇ, ਪਰ ਬੇਨਤੀ ਹੱਥ ਜੋੜ ਕੇ ਇਕੱਠੇ ਹੋ ਜਾਓ। ਸਿਆਸੀ ਲੀਡਰ ਤੇ ਮੰਨਦੇ ਸੀ ਕਿ ਕੁਰਸੀ ਦੀ ਦੌੜ ਹੁੰਦੀ ਸੀ, ਇੱਥੇ ਕਿਹੜੀ ਕੁਰਸੀ ਆ ਕਿ ਜਿਹੜੀ ਹਥਿਆਉਣੀ ਆ, ਕਿਉਂਕਿ ਉਹ ਵੀ ਕਿਸਾਨ ਲੀਡਰ ਆ ਤੇ ਇਹ ਵੀ ਕਿਸਾਨ ਲੀਡਰ ਆ, ਇੱਥੇ ਕੁਰਸੀ ਦਾ ਤੇ ਮੋਹ ਪਿਆਰ ਕਿਹੜਾ ਵਾ ਜਿਹੜਾ ਕਿ ਇੰਨਾ ਜ਼ਿਆਦਾ ਦੂਰੀ ਬਣਾ ਰਿਹਾ? ਮੈਂ ਸੱਚੀ ਗੱਲ ਕਰੂੰ, ਕੌੜੀ ਵੀ ਲੱਗ ਸਕਦੀ ਹੈ। ਮੈਂ ਪਿੰਡਾਂ 'ਚ ਰਹਿਣਾ, ਖੁੰਡਾਂ 'ਚ ਰਹਿਣਾ, ਸੱਥਾਂ 'ਤੇ ਸੁਣਦਾ, ਠੀਕ ਹੈ। ਸਿਆਸਤ ਆਪਾਂ ਕਹਿੰਦੇ ਹਾਂ ਸਤਰੰਜੀ ਚਾਲ ਹੈ, ਸਿਆਸੀ ਲੋਕ ਤਾਂ ਵੋਟਾਂ ਵਾਸਤੇ ਨਿਯਮਾਂ ਦਿਖਾ ਰਹੇ ਹੈ, ਪਰ ਅੱਜ ਲੋਕ ਸਵਾਲ ਉਠਾ ਰਹੇ ਹੈ ਕਿ ਆਪਾਂ ਸਿਆਸੀ ਲੋਕਾਂ ਤੋਂ, ਜਥੇਬੰਦੀਆਂ ਸਿਆਸੀ ਲੋਕਾਂ ਤੋਂ ਅੱਗੇ ਤਾਂ ਨਹੀਂ ਲੰਘ ਰਹੀਆਂ, ਤੁਸੀਂ ਅੱਜ ਇਕੱਠੇ ਨਹੀਂ ਹੋ ਰਹੇ। ਸੋ ਇਸ ਕਰਕੇ ਵੱਡੇ ਨੇ ਸਮਝੋ, ਇਕੱਠੇ ਹੋ ਜਾਓ, ਇਕੱਠੇ ਹੋਣ ਦਾ ਸਮਾਂ ਨਹੀਂ। ਲੋਕ ਬਹੁਤ ਸੂਝਵਾਨ ਨੇ, ਪੜ੍ਹੇ ਲਿਖੇ ਆ, ਖਾਸ ਕਰ ਪੰਜਾਬ ਦੇ ਲੋਕ, ਗੁਰੂ ਨਾਨਕ ਦੇਵ ਮਹਾਰਾਜ ਦੀ ਕੌਮ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਬਹੁਤ ਸੂਝਵਾਨ ਹੈ। ਆਪਾਂ ਇਕੱਠੇ ਹੋ ਜਾਈਏ। ਤੁਸੀਂ ਵੇਖਿਆ ਉੱਧਰ ਭਾਈ ਅੰਮ੍ਰਿਤਪਾਲ ਸਿੰਘ ਦਾ ਮੋਰਚਾ ਲੱਗਿਆ ਹੋਇਆ ਗਾ, ਉੱਥੇ ਪਰਿਵਾਰ ਮੰਗ ਕੀ ਕਰ ਰਹੇ ਹੈ? ਨਹੀਂ, ਅਕਸਰ ਹੁੰਦਾ ਕਿ ਸਾਡਾ ਬੱਚਾ 2-3-4 ਦਿਨਾਂ ਵਾਸਤੇ ਅੱਖਾਂ ਤੋਂ ਪਰੇ ਚਲਿਆ ਜਾਵੇ ਤਾਂ ਮਾਂ ਬਾਪ ਦੇ ਘਰੇ ਚੁੱਲ੍ਹੇ 'ਚ ਰੋਟੀ ਨਹੀਂ ਪੱਕਦੀ, ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਬੱਚਾ ਚਲਿਆ ਗਿਆ, ਪਰ ਸਾਲ ਸਾਲ ਹੋ ਗਿਆ। ਉਹ ਮਾਂ ਬਾਪ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਸਾਡੇ ਬੱਚੇ ਰਿਹਾ ਕਰੋ, ਕਿਉਂ? ਕਿਉਂਕਿ ਅਸੀਂ ਉਹ ਕੌਮ ਦੇ ਅਣਖ ਵਾਲੇ ਬੂਟੇ ਦੇ ਵਿੱਚ, ਉਹ ਕੌਮ ਦੇ ਅਣਖ ਦੇ ਬੂਟੇ ਨੂੰ ਜਾਗਰੂਕ ਲੜਨ ਵਾਸਤੇ ਜਾਬਰ ਨੂੰ ਬਾਬਰ ਕਹਿ ਰਹੇ ਹਾਂ, ਸਰਕਾਰਾਂ ਨੂੰ ਬਾਬਰ ਕਹਿ ਰਹੇ ਹਾਂ, ਲੜਾਈ ਲੜ ਰਹੇ ਹਾਂ, ਸਰਕਾਰਾਂ ਨੂੰ ਚੋਟ ਕਰ ਰਹੇ ਹਾਂ, ਅਤੇ ਗੁਰੂ ਨਾਨਕ ਦਾ ਸਿਧਾਂਤ ਦੇ ਰਹੇ ਹਾਂ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਵੰਡ ਛਕੋ, ਕਿਰਤ ਕਰੋ ਦਾ ਸਿਧਾਂਤ ਦੇ ਰਹੇ ਹਾਂ, ਅਤੇ ਹੱਕ ਸੱਚ ਦੀ ਲੜਾਈ ਲੜੋ। ਉਹ ਪਰਿਵਾਰ ਕਹਿ ਰਿਹਾ ਕਿ ਘੱਟੋ ਘੱਟ ਜੋ ਮਨੁੱਖੀ ਅਧਿਕਾਰ ਦਾ ਖਨਨ ਹੋ ਰਿਹਾ ਉਹ ਤਾਂ ਵੇਖੋ। ਮੈਂ ਸਮਝਦਾ ਚਾਹੇ ਕਿਸਾਨੀ ਸੰਘਰਸ਼ ਹੈ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵਾਲਾ ਮਸਲਾ, ਡਿਬਰੂਗੜ੍ਹ ਵਾਲਾ, ਜੋ ਹਿੰਦੁਸਤਾਨ ਦਾ ਜਾਂ ਡੈਮੋਕ੍ਰੇਟ ਵਾਲਿਆ ਢੰਡੋਰਾ ਪਿੱਟਿਆ ਹੋਇਆ ਸੀ
कि सब तो बड़ी डेमोक्रेसी हिंदुस्तान दे विच वो नंगी करती कि किस तरह नौजवानों से तुम इन्ने से ला के डिब्रूगढ़ सिड़ते हो जिन्हों को कोई RDX नहीं कोई असला नहीं कोई बरूद नहीं कोई देश नूं तोड़न वाली गतिविधि नहीं सिर्फ अमृत सका रहे हैं पर तुम इन्ने से ला के तुम 3,000 किलोमीटर दूर सिड़ते हो पर कौम की कह रही है होर सिटो होर जबर करो असी भीख नहीं मंगते पर तुसी साड़ियां वैरकां दे विच कैमरे ला के वाशरूमां दे विच कैमरा ला के जो मनुखी अधिकार दे जो तुसी अत्याचार कर रहे हो ये नंगा कीता किहड़े लोकतंत्र दीआं गल्लां हुंदीआं वोटां वेले बड़ा लोकतंत्र बनदा कि अगों पिछे भी लोकतंत्र दी गल हुंदी है ते ये नहीं मैं तो समझदा किते ना किते साडे पंजाब नूं वखरा कीता जा रहा है ये पर घातक हो हिंदुस्तान वास्ते ये भारत वास्ते भारतीय स्टेट वास्ते बहुत घातक हो जो सिर्फ चंद वोटां वास्ते मोदी की कर रहा ये किसानी संघर्ष नूं कल्ला पंजाब दा जां राजस्थान हरियाणा दे वाडरां ते कंडियाली तार ही नहीं कंधां कढ के की मैसेज दे रहा है कि मैं वख कर रहा पंजाब नूं ये छोटा जिहा 13 सीटां वाला पंजाब है पर पूरे देश वासियां तुसीं मेरे नाल खड़ जाओ पर मोदी साहब किते ओह दिन ना जाण देश नूं नाल खड़ाउंदे खड़ाउंदे भारत वंडिया जावे इहदे टोटे हो जाण जे असीं अंग्रेज नाल मुगल नाल लड़ सकदे अंग्रेज ना लड़ सकते हैं जे तुहानू आजादी दवा सकते हैं तो असी हक्कां पिछे लड़नो कदे भी नहीं रुकांगे एक आवाज स्टेज ते उठी आ वो कहिंदे कि दो बार्डर इहो ही नहीं बाकी बार्डर ते भी आ जाओ सारे किसान आगू उन्होंने कहा वा किसान जथेबंदियों नूं कहा पिंडां दे विच कहिंदे होका दो 13,000 दे करीब पिंड आ 13,000 ट्रालियां कढ़ीए बाकी बार्डर ते बैठीए इहदे नाल की लगदा तुहानू कोई फर्क पऊगा सरकार नूं पहली गल तो जाना चाहिए जथेबंदियों की काल है सारे वार्डर से जाना चाहिए मैं अक्सर सुनता हों जो पुराना मोर्चा से चाहे टिकरी जाइए चाहे संभू जाइए कि पंजाब जो कोई प्रोग्राम हों कहते जी दिल्ली मोर्चे को तार पीडो करने वास्ते पंजाब प्रोग्राम किए जा रहे हैं पर जोड़े लोग अज इतने कर रहे हैं कि वह सोचण भी तुम स्टेटमेंट से कायम हो तुम बयाना तो कायम है पर हथ जोड़ के बेनती है तुम बड़े हो असी छोटे हाँ कट्ठे हो जाओ ये लड़ाई किसानों की है हर एक जथेबंदी कह रही है कि जी लड़ाई तो किसानों की है मंगा तो सही ने पर साडे मतभेद है फिर मतभेद कादे हो गए जी एक तो यह होंगे मैं तो MLA वाना चोन लड़नी है मैं टिकट नहीं मिलनी उतो जे बैठे उन्होंने टिकट मिल जू साडे नहीं मिलनी जो कोई टिकटों का रौले ही नहीं जो मैं तो रौले ही नहीं जो चोन ही लड़नी मंगा एक है फिर कट्ठे क्यों नहीं प्रेसर बनाते ये क्यों स्नेहे दे जाने भी आह साडा प्रोग्राम नहीं आह साडा प्रोग्राम नहीं ये स्नेहे क्यों दे रहे हो एक घातक है जिदे दे सुनो जिदे की प्रेस कॉन्फ्रेंस चंडीगढ़ के हुई है संयुक्त मोर्चे की तुम वेख्या उदू बाद मीटिंग ही बंद हो गई सब कुछ दिल्ली समझ गई कि पट्टे है पर उदू पहला जिमें दीप सिद्धू कहना हुंदा सी ना मैं पहला भी गल की सी कि जंग दे मैदान च तकड़े हाँ तो टेबल ते भी तकड़े हाँ जो 13 तो लैके 11, 12, 13, 14, 15, 16, 17, 18 तक पता लग गया दिल्ली नू कि जंग दे मैदान च पंजाब जां हिंदुस्तान दे किसान तकड़े है वार्डरां ते बैठे है गोलियां खाण वास्ते सुभकरण सिंह होरे तैयार बैठे है तो दिल्ली दे 3-3 मंत्री चंडीगढ़ आके सारी सारी रात बैठे रहिंदे सी ते अज अपने आप झाती मार सारियां जथेबंदियां जां पंजाब दे लोक कि साडी पाटो धाड़दा जिस तरह पहला सिख कौम नूं पाड़ के सिख कौम दे सिसुआं ते सिख हिसुआं ते जिवें दिल्ली कमेटी कोई हरियाणा कमेटी कोई डिब्रूगढ़ दे विच साडे नौजवानां नूं सिट्टिया जां इत्थों तक कि कौम दी आवाज़ श्रोमणी गुरद्वारा प्रबंधक कमेटी दे प्रधान नूं 2 साल तो देश दे हाकम मिलन दा टाइम नहीं दे रहे ये एक तरह का उस समय सिख कौम नूं सट मारी सी वेख्या सी कि पाटे होए ने उहदा फायदा लै रहे है अज तक ते दूजे पासे जे किसान जथेबंदियां दा प्रेशर बनिया होया सी 2021 वाले संघर्ष दा तां आ तुसीं वेख लिओ जिहड़ी आ चंडीगढ़ प्रेस कॉन्फ्रेंस होई है उस तो बाद वह वेख रहे कि पाटे हुए है उस तो बाद कोई ना मंत्री आ रहा ना कोई मीटिंग हो रही है पर खुआर हो गए आप मिल जाओ कट्ठे हो जाओ बहुत वेख लिया फिर लड़ लेंगे आप च फिर लड़ लेंगे कि दिल्ली तो जीते आईए सो इस करके सारे जथेबंदियों को बेनती है कि एक हो शुभकरण श्रद्धा के फुल पीटे भेड़ किए जा रहे तुम भी पहुंची हो कि लगता इस संघर्ष के शुभकरण की शहीदी को रंग लियाऊ जरूर जी जरूर रंग लियाऊ साढ़े तां जदों दो सिंह रह गए सी बाबा बोता सिंह ते बाबा गरजा सिंह उन्होंने पिट्ठा जोड़ के खंडा खड़काया तो वेख लो अज कौम पूरी दुनिया दे विच साहे सैंसा दे निशान साहब झूलदे है क्योंकि तुसीं वेखिया जिथे गुरु महाराज के दरबार साहब है निशान साहब है लंगर वरतदे है गुरु साहब की मर्यादा चलती है पूरे वर्ल्ड दे विच साहे सैंसा दे निशान झूलदे है तो करोना वर्गियां महामारियां आईयां जदों ਇਹ ਦੇਸ਼ ਦੀ ਹਕੂਮਤ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਬਣਾਉਣ ਦੀ ਕੋਸ਼ਿਸ਼ ਕਰੂ ਤਾਂ ਗੁਰੂ ਦੀ ਕਲਾ ਵਰਤੂ
ਸਾਨੂੰ ਵਿਸ਼ਵਾਸ ਹੈ ਸਾਡੇ ਗੁਰੂ ਤੇ। ਚਾਹੇ ਕਰੋਨਾ ਮਹਾਮਾਰੀ ਆਈ, ਉਦੋਂ ਕੌਮ ਖੜੀ ਤੇ ਫਿਰ ਨੈਰੇਟਿਵ ਸਿਰਜ ਕੇ ਡਿਬਰੂਗੜ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਭੇਜ ਕੇ ਸਿੱਖਾਂ ਨੂੰ ਅੱਤਵਾਦੀ ਬਣਾਇਆ ਤੇ ਉਹ ਸਾਡੇ ਸਿੱਖਾਂ ਨੂੰ ਵਿਦੇਸ਼ਾਂ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਆਪ ਦੀਆਂ ਏਜੰਸੀਆਂ ਰਾਹੀਂ, ਤਾਂ ਪੂਰੇ ਦੇਸ਼ ਸਾਡੇ ਹੱਕ 'ਚ ਖੜ ਗਏ। ਤਾਂ ਇਹ ਦੇਸ਼ ਸੋਚੇ ਵੀ ਇਸ ਕੌਮ ਨਾਲ ਤੁਸੀਂ ਪਿਆਰ ਨਾਲ ਪੇਸ਼ ਆਉਣਾ ਕਿ ਲੜਾਈ ਨਾਲ, ਕਰੂਰਤਾ ਨਾਲ ਪੇਸ਼ ਆਉਣਾ। ਗੁਰਪ੍ਰੀਤ ਸਿੰਘ ਝੱਬਰ ਸਾਡੇ ਨਾਲ ਸੀ, ਉਹਨਾਂ ਦੀਪ ਨੂੰ ਵੀ ਯਾਦ ਕੀਤਾ ਵਾ ਤੇ ਕੱਲ ਅੰਮ੍ਰਿਤਪਾਲ ਸਿੰਘ ਦੀ ਵੀ ਹੋਈ ਆ ਤੇ ਕਿਸਾਨੀ ਸੰਘਰਸ਼ ਦੀ ਵੀ ਕੀਤੀ ਆ। ਉਹ ਕਹਿੰਦੇ ਕਿ ਸ਼ਹੀਦੀ ਜਿਹੜੀ ਆ ਰੰਗ ਜ਼ਰੂਰ ਲਿਆਊਗੀ। ਸ਼ੁਭਕਰਨ ਸਿੰਘ ਦੇ ਅੱਜ ਅੰਤਮ ਅਰਦਾਸ ਸਮਾਗਮ ਦੇ ਵਿੱਚ ਪਹੁੰਚੇ ਸੀ ਤੇ ਉਹ ਕਹਿੰਦੇ ਸ਼ਹੀਦੀ ਰੰਗ ਲਿਆਊਗੀ, ਆਉਣ ਵਾਲੇ ਸਮੇਂ 'ਚ ਜਿੱਤ ਹੋਊਗੀ। ਇੱਕ ਪਾਸੇ ਜੇ ਖਨੌਰੀ ਦੀ ਗੱਲ ਕਰੀਏ ਜਾਂ ਆਪਾਂ ਸ਼ੰਭੂ ਦੀ ਗੱਲ ਕਰੀਏ, ਉਹ ਬਾਰਡਰ ਰੁਕੇ ਹੋਏ ਆ, ਪਰ ਸਟੇਜ ਦਾ ਐਲਾਨ ਕਿ ਜੇ 13,000 ਪਿੰਡ ਵਾ ਤੇ 13,000 ਟਰਾਲੀਆਂ ਕੱਢ ਲਓ ਤੇ ਆਪਾਂ ਬਾਕੀ ਬਾਰਡਰ ਤੇ ਵੀ ਖਲੋ ਸਕਦੇ ਹਾਂ। ਤੇ ਬਹੁਤਾਤ ਦੇ ਵਿੱਚ ਉਹਨਾਂ ਨੇ 10 ਤਰੀਕ ਦੀ ਜਥੇਬੰਦੀ ਨੇ ਕੌਲ ਵੀ ਦਿੱਤੀ ਆ ਕਿ ਜਿਹੜੇ ਕਹਿੰਦੇ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਵਾ ਕੇਵਲ ਪੰਜਾਬ ਦਾ ਵਾ, ਤੁਸੀਂ ਛੇਤ ਰੂਪ ਨੂੰ ਵੇਖ ਲਓਗੇ ਜਦੋਂ ਯੰਤਰ ਮੰਤਰ ਜਾਂ ਜਿੱਥੇ ਜਗ੍ਹਾ ਮਿਲਦੀ ਹੈ ਜਿੱਥੇ ਪੂਰੇ ਭਾਰਤ 'ਚੋਂ ਕਿਸਾਨ ਪਹੁੰਚੂਗਾ। ਤੇ 10 ਤਰੀਕ ਨੂੰ ਰੇਲਾਂ ਵੀ ਰੋਕੀਆਂ ਜਾਣਗੀਆਂ, 6 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਵਾ ਕਿ 6 ਤਰੀਕ ਨੂੰ ਦਿੱਲੀ ਪਹੁੰਚਣ ਦੀ ਵੀ ਕਾਲ ਦਿੱਤੀ ਗਈ ਆ, ਭਾਵੇਂ ਉਹ ਟ੍ਰੇਨਾਂ ਰਾਹੀਂ ਪਹੁੰਚਿਆ ਜਾਵੇ ਜਾਂ ਉਹ ਕਾਰਾਂ ਰਾਹੀਂ ਪਹੁੰਚਿਆ ਜਾਵੇ ਜਾਂ ਬੱਸਾਂ ਰਾਹੀਂ, ਜਿਸ ਤਰ੍ਹਾਂ ਪੂਰੇ ਭਾਰਤ ਦਾ ਕਿਸਾਨ ਆ।